ਅਸੀਂ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਵੱਲੋਂ ਭਾਰਤ ਸਰਕਾਰ ਨੂੰ ਪੂਰੀ ਜ਼ੋਰ ਸ਼ਬਦਾਂ ਤੇ ਮੰਗ ਕਰਦੇ ਹਾਂ ਕਿ ਜੋ ਬੀਜੇਪੀ ਵੱਲੋਂ ਇੱਕ ਬੀਬੀ ਨੂੰ ਖੁਦ ਮੁਖਤਿਆਰੀ ਦੇ ਕੇ ਸਿੱਖ ਸਿਧਾਂਤਾਂ ਦੇ ਉਲਟ ਅਤੇ ਖਾਸ ਕਰਕੇ ਪੰਜਾਬੀਆਂ ਦੇ ਉਲਟ ਹਮੇਸ਼ਾ ਹੀ ਜ਼ਹਿਰ ਨੁਗਲਣ ਵਾਲੀਆਂ ਗੱਲਾਂ ਕਰਵਾਈਆਂ ਜਾ ਰਹੀਆਂ ਨੇ। ਉਹ ਬੀਬੀ ਦਾ ਨਾਂ ਹੈ ਕੰਗਨਾ ਰਣੌਤ, ਜਿਹਦੇ ਵੱਲੋਂ ਹਮੇਸ਼ਾ ਹੀ ਕਦੀ ਯਾਰ ਕਿਸਾਨੀ ਮੁੱਦੇ ਤੇ ਜਾਂ ਸਿੱਖਾਂ ਦੇ ਮੁੱਦੇ ਤੇ ਬਹੁਤ ਹੀ ਘਟੀਆ ਦਰਜੇ ਦੇ ਬਿਆਨ ਜਿਹੜੇ ਹੈ ਉਹ ਪੰਜਾਬੀ ਅਤੇ ਸਿੱਖਾਂ ਦੇ ਖਿਲਾਫ਼ ਦਿੱਤੇ ਜਾਂਦੇ ਹੈ, ਜਿੱਥੇ ਕਿ ਉਹਨੂੰ ਰੋਕ ਲਾਉਣ ਦੀ ਬਜਾਏ ਇਹਨਾਂ ਨੇ ਉਹਨੂੰ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਬਣਾਇਆ। ਉਹ ਸੰਵਿਧਾਨਕ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਅਜੇ ਵੀ ਜਿਹੜਾ ਉਹਦਾ ਮਾਨਸਿਕ ਸੰਤੁਲਨ ਹੈ ਉਹ ਸਿੱਖਾਂ ਦੇ ਖਿਲਾਫ਼ ਹੈ। ਸੋ ਹੁਣੀ ਜਿਹੜੀ ਉਹਨੇ ਇੱਕ ਫਿਲਮ ਐਮਰਜੈਂਸੀ ਤੇ ਤਿਆਰ ਕੀਤੀ ਹੈ, ਉਸ ਫਿਲਮ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਕਿਰਦਾਰ ਨੂੰ ਨੀਵਾਂ ਵਿਖਾਉਣ ਦੀ ਬੜੀ ਵੱਡੀ ਇੱਕ ਸਾਜਿਸ਼ ਤਹਿਤ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਇਹ ਚਾਹੁੰਦੀਆਂ ਨੇ ਕਿ ਦੁਨੀਆਂ ਦੇ ਵਿੱਚ ਜਿੱਥੇ ਸਿੱਖਾਂ ਨੇ ਆਪਣੀ ਮਿਹਨਤ ਸਦਕਾ, ਆਪਣੀ ਕਾਬਲੀਅਤ ਸਦਕਾ, ਆਪਣੇ ਗੁਰੂ ਦੇ ਬਖਸ਼ੇ ਹੋਏ ਸਿਧਾਂਤ ਸਦਕਾ ਆਪਣਾ ਸਿੱਕਾ ਜਮਾਇਆ ਹੈ, ਆਪਣਾ ਨਾਮ ਚਲਾਇਆ ਹੈ, ਅਤੇ ਪੂਰੀ ਦੁਨੀਆਂ 'ਚ ਇਸ ਵੇਲੇ ਸਿੱਖ ਭਾਈਚਾਰੇ ਨੂੰ ਉੱਚ ਦਰਜਾ ਮਿਲਿਆ ਹੋਇਆ। ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਇਹ ਫਿਲਮਾਂ ਦੇ ਰਾਹੀਂ ਪ੍ਰਚਾਰ ਕੇ ਨੀਵਾਂ ਵਿਖਾਇਆ ਜਾਵੇ, ਸਿੱਖਾਂ ਦੇ ਕਿਰਦਾਰਾਂ ਨੂੰ ਬੌਣਾ ਵਿਖਾਇਆ ਜਾਵੇ, ਸਿੱਖਾਂ ਦੇ ਕਿਰਦਾਰਾਂ ਨੂੰ ਮਨੁੱਖਤਾ ਦੇ ਵਿਰੁੱਧ ਵਿਖਾਇਆ ਜਾਵੇ। ਸੋ ਜੋ ਕੁਛ ਵੀ ਹੁਣ ਤੱਕ ਸਾਹਮਣੇ ਆਇਆ, ਜਿੱਥੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਰਕਾਰ ਨੂੰ ਪੂਰੀ ਤੌਰਾਂ ਤੇ ਚੈਲੰਜ ਕੀਤਾ ਹੈ ਕਿ ਜਿਹੜੀ ਇਹ ਐਮਰਜੈਂਸੀ ਤੇ ਫਿਲਮ ਬਣਾਈ ਹੈ ਕੰਗਨਾ ਰਣੌਤ ਨੇ, ਇਸ ਫਿਲਮ ਦੇ ਵਿੱਚ ਜੋ ਵੀ ਸਿੱਖ ਕਿਰਦਾਰਾਂ ਨੂੰ ਨੀਵਾਂ ਵਿਖਾਇਆ ਗਿਆ, ਸਾਨੂੰ ਵੱਖਵਾਦੀ ਵਿਖਾਉਣ ਦਾ ਕੋਸ਼ਿਸ਼ ਕੀਤੀ ਗਈ ਹੈ, ਉਹ ਜਿਹੜੇ ਸੀਨ ਉਹ ਕੱਟ ਦਿੱਤੇ ਜਾਣ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਕਹਿਤਾ ਵੀ ਇਹਦੀ ਫਿਲਮ ਦੀ ਚਾਲੂ ਹੋਣ ਤੋਂ ਪਹਿਲਾਂ ਜਿੰਨਾ ਵੀ ਇਹਦਾ ਸਕ੍ਰਿਪਟ ਹੈ, ਜਿੰਨਾ ਵੀ ਇਹਦੇ 'ਚ ਫਿਲਮਾਇਆ ਗਿਆ, ਉਹ ਸਾਨੂੰ ਵਿਖਾਇਆ ਜਾਵੇ। ਜੋ ਵੀ ਇਤਰਾਜ਼ਯੋਗ ਸੀਨ ਹੋਣਗੇ ਜੇ ਉਹ ਸਾਡੀ ਮਨਜ਼ੂਰੀ ਹੋਵੇਗੀ ਉਹਨਾਂ ਨੂੰ ਕੱਟ ਦਿੱਤਾ ਜਾਵੇ। ਪਰ ਅਜੇ ਤੱਕ ਅਧਿਕਾਰਤ ਤੌਰ 'ਤੇ ਨਾ ਤਾਂ ਪੰਜਾਬ ਸਰਕਾਰ ਕੋਈ ਬਿਆਨ ਦੇ ਰਹੀ ਹੈ ਅਤੇ ਨਾ ਕੇਂਦਰ ਸਰਕਾਰ ਹੀ ਇਹਦੇ 'ਤੇ ਕੋਈ ਬਿਆਨ ਦੇ ਰਹੀ ਹੈ। ਅਸੀਂ ਇਹ ਗੱਲ ਸੋਚਦੇ ਹਾਂ ਕਿ ਕੇਂਦਰ ਸਰਕਾਰ ਜਿਹੜੀ ਇਹ ਸੋਚ ਰਹੀ ਹੈ ਕਿ ਇਸ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਨੀਵਾਂ ਵਿਖਾ ਕੇ ਜਾਂ ਸਿੱਖਾਂ ਦੇ 'ਤੇ ਹੋਰ ਵਰਗਾਂ ਦੇ ਵਿੱਚ ਆਪਸੀ ਪਾੜਾ ਵਧਾਇਆ ਜਾ ਸਕੇਗਾ, ਇਹ ਉਹਨਾਂ ਦੀ ਜਿਹੜੀ ਮਾਨਸਿਕਤਾ ਬਿਲਕੁਲ ਗਲਤ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਮਹਾਨ ਸ਼ਹੀਦ, ਮਹਾਨ ਯੋਧੇ ਹੋਏ ਨੇ ਸਾਡੇ ਵਿੱਚ, ਜਿਨ੍ਹਾਂ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ਼ ਕੋਈ ਗੱਲ ਨਹੀਂ ਕੀਤੀ, ਕਦੀ ਵੀ ਕਿਸੇ ਧਰਮ ਦੇ ਖਿਲਾਫ਼ ਨਹੀਂ ਉਹ ਬੋਲੇ। ਉਹਨਾਂ ਨੇ ਹਮੇਸ਼ਾ ਹੀ ਇਹ ਉਪਦੇਸ਼ ਦਿੱਤਾ ਸੀ ਕਿ ਜਿਹੜੇ ਵੀਰ ਆਪੋ ਆਪਣੇ ਧਰਮਾਂ 'ਚ ਪਰਪੱਕ ਹੋਵੋ, ਇਸ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਸਿੱਖਾਂ ਦੇ ਅਧਿਕਾਰ ਮਿਲਣ, ਉਹ ਜਿਹੜਾ ਮੋਰਚਾ ਲਾ ਕੇ ਸਿੱਖਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਕੇ ਗਏ, ਉਹ ਮੋਰਚੇ ਅੱਜ ਵੀ ਜਿਉਂਦੇ ਤਿਉਂ ਚੱਲਦੇ ਪਏ ਨੇ, ਚਾਹੇ ਕਿਸਾਨੀ ਦੇ ਰੂਪ 'ਚ, ਚਾਹੇ ਕਿਸੇ ਹੋਰ ਰੂਪ ਦੇ ਵਿੱਚ ਹੈ।
ਸੋ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਉਹਨਾਂ ਦੇ ਕਿਰਦਾਰ ਨੂੰ ਇੱਕ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਫਿਲਮ 'ਤੇ ਬੈਨ ਲਾਇਆ ਜਾਵੇ, ਉਹ ਜਿਹੜੇ ਸਾਰੇ ਆ ਸੀਨ ਨੂੰ ਕੱਟ ਦਿੱਤੇ ਜਾਣ ਅਤੇ ਸਿੱਖਾਂ ਨੂੰ ਹਮੇਸ਼ਾ ਜਿਹੜਾ ਇਸ ਹਿੰਦੁਸਤਾਨ ਲਈ ਜੋ ਸਿੱਖਾਂ ਨੇ ਕੀਤਾ ਉਹ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਹ ਦਰਜਾ ਦਿੱਤਾ ਜਾਵੇ, ਉਹ ਗੱਲ ਦੀ ਸ਼ਖਸੀਅਤ ਵਿਖਾਈ ਜਾਵੇ ਤਾਂ ਜੋ ਦੁਨੀਆਂ ਦੇ ਹੋਰ ਵੀ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਵੀ ਸਿੱਖਾਂ ਦਾ ਜਿਹੜਾ ਮਾਣ ਸਨਮਾਨ ਬਹਾਲ ਹੈ ਉਹ ਬਹਾਲ ਰਹਿ ਸਕੇ।